ਹੈਲੋ ਜੀ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਗੋਮਲਟੀ ਚੈਨਲ ਦੇ ਵਿੱਚ ਮੇਰੀਆਂ ਭੈਣਾਂ ਤੇ ਮੇਰੇ ਵੀਰਾਂ ਦਾ ਸਵਾਗਤ ਆ। ਹਾਂਜੀ ਅੱਜ ਆਪਾਂ ਤੁਹਾਡੇ ਨਾਲ ਇੱਕ ਹੋਰ ਛੋਟਾ ਜਿਹਾ ਵਲੌਗ ਆ ਜਿਹੜਾ ਬਣਾ ਕੇ ਸ਼ੇਅਰ ਕਰਨ ਲੱਗੇ ਆ। ਉਮੀਦ ਕਰਦੇ ਆ ਕਿ ਅੱਜ ਦੀ ਮੇਰੀ ਵੀਡੀਓ ਤੁਹਾਨੂੰ ਜ਼ਰੂਰ ਪਸੰਦ ਆਉਗੀ। ਪਸੰਦ ਆਈ ਤਾਂ ਤੁਸੀਂ ਲਾਈਕ ਤੇ ਕਮੈਂਟ ਕਰਕੇ ਮੈਨੂੰ ਜ਼ਰੂਰ ਦੱਸਿਆ ਜੋ। ਜੇ ਮੇਰੇ ਚੈਨਲ ਨੂੰ ਹਾਲੇ ਤੱਕ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਜਾਂ ਪਹਿਲੀ ਵਾਰ ਹੋ ਤਾਂ ਜ਼ਰੂਰ ਕਰੋ ਜੀ। ਚਲੋ ਜੀ ਫਿਰ ਆਪਾਂ ਤਿਆਰੀ ਕਰਦੇ ਆਂ ਸ਼ੁਰੂ ਕਰਦੇ ਆਂ ਇਹ ਹੈ ਜੀ ਆਪਣਾ ਅੱਜ ਮੰਮੀ ਲਈ ਸਰਪ੍ਰਾਈਜ਼ ਇਹ ਮੰਮੀ ਲਈ ਸਰਪ੍ਰਾਈਜ਼ ਆ ਇਹ ਮੰਮੀ ਨੂੰ ਦੱਸਿਆ ਨਹੀਂ ਗਿਆ ਕਿ ਵੀ ਆਪਾਂ ਕਿੱਥੇ ਚੱਲੇ ਆਂ ਤੇ ਉਹਨਾਂ ਨੂੰ ਲੈ ਕੇ ਚੱਲੇ ਆਂ ਸੀ ਆਪਣੇ ਨਾਲ ਇੱਕ ਰਿਸ਼ਤੇਦਾਰੀ ਦੇ ਵਿੱਚ ਖਾਸ ਮਿਲਣ ਦੇ ਲਈ ਪਰ ਉਹਨਾਂ ਨੂੰ ਅਸੀਂ ਦੱਸਿਆ ਨਹੀਂ ਉਹਨਾਂ ਨੂੰ ਇਹ ਕਿਹਾ ਸੀ ਕਿ ਤੁਸੀਂ ਤਿਆਰ ਹੋਵੋ ਕਿ ਆਪਾਂ ਅੱਜ ਜਾਣਾ ਹੈ ਕਿਤੇ ਤੇ ਬਾਕੀ ਦੇਖਦੇ ਆਂ ਕਿ ਇਹਨਾਂ ਨੂੰ ਵੈਸੇ ਪਤਾ ਤਾਂ ਲੱਗ ਹੀ ਜਾਣਾ ਕਿ ਅਸੀਂ ਕਿੱਥੇ ਚੱਲੇ ਆਂ ਚਲੋ ਜੀ ਫਿਰ ਆਪਾਂ ਸ਼ੁਰੂ ਕਰਦੇ ਆਂ ਸਫ਼ਰ ਲਓ ਜੀ ਆਪਾਂ ਹੁਣ ਘਰ ਤੋਂ ਸ਼ੁਰੂ ਹੋ ਗਏ ਆਂ ਤੇ ਹੁਣ ਆਪਾਂ ਚੱਲਿਆਂ ਤੇ ਦੇਖਦੇ ਆਂ ਕਿ ਮੰਮੀ ਨੂੰ ਕਿੱਥੋਂ ਜਾ ਕੇ ਪਤਾ ਲੱਗ ਜੂਗਾ ਕਿ ਵੀ ਅਸੀਂ ਕਿੱਧਰ ਨੂੰ ਚੱਲੇ ਆਂ ਵੈਸੇ ਪਤਾ ਤਾਂ ਇਹਨਾਂ ਨੂੰ ਲੱਗ ਹੀ ਜਾਣਾ ਕਾਫੀ ਦਾ ਟਾਈਮ ਦਾ ਜਿਹੜਾ ਇਹ ਸਾਡਾ ਅਪਲਾਈਅੰਸ ਹੀਗਾ ਕਿ ਵੀ ਅਸੀਂ ਜਾਣਾ ਸੀਗਾ ਸਾਨੂੰ ਕਾਫੀ ਦੇਰ ਹੋ ਗਈ ਸੀ ਅਸੀਂ ਗਏ ਨਹੀਂ ਸੀ ਤੇ ਇਸ ਕਰਕੇ ਸੋਚਿਆ ਵੀ ਚਲੋ ਇੱਕ ਤਾਂ ਵਿੱਚ ਲੋਕਡਾਊਨ ਆ ਗਿਆ ਲੋਕਡਾਊਨ ਦੀ ਵਜ੍ਹਾ ਕਾਰਨ ਕਰਕੇ ਵੀ ਕਿਤੇ ਬਾਹਰ ਨਿਕਲਿਆ ਨਹੀਂ ਸੀ ਜਾ ਰਿਆ ਹਾਂਜੀ ਇਹ ਆਪਾਂ ਇੱਧਰ ਬਾਗਾ ਪ੍ਰਾਣਾ ਰੋਡ ਵੱਲ ਨੂੰ ਗੱਡੀ ਜਿਹੜੀ ਮੋੜ ਲਈ ਆ ਤੇ ਮੰਮੀ ਸਮਝ ਗਿਆ ਵੀ ਅਸੀਂ ਕਿੱਥੇ ਜਾ ਰਹੇ ਹਾਂ ਸਾਡਾ ਜਿਹੜਾ ਇਹ ਸਰਪ੍ਰਾਈਜ਼ ਆ ਸਰਪ੍ਰਾਈਜ਼ ਬਹੁਤਾ ਟਾਈਮ ਨਹੀਂ ਰਿਹਾਗਾ ਕਿਉਂਕਿ ਆਪਣੇ ਜਿਹੜਾ ਉਹ ਪਿੰਡ ਦੇ ਰਾਹਾਂ ਨੂੰ ਪਛਾਣ ਲਿਆ ਉਹਨਾਂ ਨੇ ਤੇ ਹੁਣ ਆਪਾਂ ਜਿਹੜਾ ਬਹੁਤ ਹੀ ਜਲਦੀ ਜਿਹੜਾ ਸ਼ਾਰਟਕਟ ਮਾਰਿਆ ਤੇ ਆਪਾਂ ਪਹੁੰਚ ਚੁੱਕੇ ਆਂ ਬਾਗਾਪੁਰਾਣਾ ਸ਼ਹਿਰ ਦੇ ਵਿੱਚ ਫਿਰ ਵੀ ਹਾਂਜੀ ਅਸੀਂ ਚੱਲੇ ਆਂ ਅੱਜ ਸਮਾਦ ਭਾਈ ਮੰਮੀ ਦਾ ਪੇਕਾ ਪਿੰਡ ਸਰਦਾਰ ਜੀ ਦੇ ਨਾਨਕੇ ਮੇਰੇ ਨਨਯੋਰੇ ਕਾਫੀ ਸਾਲਾਂ ਤੋਂ ਜਿਹੜਾ ਅੱਜ ਇਹ ਮੈਂ ਚੱਲੀਆਂ 8-9 ਸਾਲ ਬਾਅਦ ਆਪਣੇ ਨਨਯੋਰੇ ਤੇ ਸਰਦਾਰ ਜੀ ਤਾਂ ਜਾਂਦੇ ਹੀ ਰਹਿੰਦੇ ਥੋੜੇ ਟਾਈਮ ਬਾਅਦ ਤੇ ਮੰਮੀ ਵੀ ਜਾਂਦੇ ਰਹਿੰਦੇ ਮੰਮੀ ਤਾਂ ਲਾ ਹੀ ਆਉਂਦੇ ਹੁੰਦੇ ਆ 10-15 ਦਿਨ ਤੇ ਅੱਜ ਜਿਹੜਾ ਅਸੀਂ ਮੰਮੀ ਨੂੰ ਛੱਡ ਕੇ ਜਿਹੜਾ ਇਹਨਾਂ ਨੂੰ ਵਾਪਸ ਮੁੜਿਆਵਾਂਗੇ ਇੱਧਰ ਮੰਮੀ ਫਾਲ ਫਰੂਟ ਖਰੀਦਣ ਲੱਗ ਗਿਆਂ ਉਹ ਕਹਿੰਦੀ ਮੈਂ ਆਪਣੇ ਭਰਾ ਵਾਸਤੇ ਥੋੜੇ ਫਾਲ ਫਰੂਟ ਲੈਣੇ ਆ ਸੀ ਕਿਾ ਚਲੋ ਲੈ ਲਓ ਫਿਰ ਜੋ ਕੁਝ ਲੈਣਾ ਹੈ ਆਪਣੀ ਮਰਜ਼ੀ ਦੇ ਨਾਲ ਤੇ ਇੱਧਰ ਅਸੀਂ ਸੋਚਿਆ ਵੀ ਇੱਕ ਮਠਿਆਈ ਵਾਲਾ ਡੱਬਾ ਲੈ ਲਈਏ ਤੇ ਅਸੀਂ ਚਲੇ ਗਏ ਇੱਕ ਮਠਿਆਈ ਸ਼ਾਪ ਤੇ ਤੇ ਹੁਣ ਦੇਖਦੇ ਹਾਂ ਸਰਦਾਰ ਜੀ ਕੀ ਲੈਂਦੇ ਆ ਮਠਿਆਈ ਮੈਨੂੰ ਲੱਗਦਾ ਇਹ ਇੱਕ ਬਰਫੀ ਦਾ ਡੱਬਾ ਹੀ ਕਰਵਾਉਣਗੇ ਤੇ ਕਹਿੰਦੇ ਗਰਮੀ ਬਹੁਤ ਜ਼ਿਆਦਾ ਹੈ ਅੱਜ ਗਰਮੀ ਵੀ ਬਹੁਤ ਜ਼ਿਆਦਾ ਸੀਗੀ ਤੇ ਮੈਂ ਸੋਚਿਆ ਚਲੋ ਵਲੌਗ ਬਣਾਉਣਾ ਹੀ ਸਿੱਖ ਲਈਏ ਹਾਂਜੀ ਆਪਾਂ ਮਠਿਆਈ ਲੈ ਲਈਆ ਤੇ ਹੁਣ ਆਪਾਂ ਚੱਲ ਪਿਆ ਜੀ ਸਮਾਧ ਭਾਈ ਪਿੰਡ ਮੰਮੀ ਦਾ ਪੇਕਾ ਪਿੰਡ ਦਾ ਤੇ ਬਹੁਤ ਜਲਦੀ ਆਪਾਂ ਜਿਹੜੀ ਇਹ ਵੀਡੀਓ ਛੋਟੀ ਜੀ ਆ ਜਿਆਦਾ ਲੰਬੀ ਨਹੀਂ ਬਣਾਉਣੀ ਨਾ ਤਾਂ ਅਸੀਂ ਉੱਥੇ ਜਿਆਦਾ ਟਾਈਮ ਨਹੀਂ ਰੁਕਣਾ ਸਿਰਫ ਮਿਲਨ ਦੇ ਲਈ ਚੱਲੇ ਆ ਤੇ ਥੋੜਾ ਜਿਹਾ ਟਾਈਮ ਰੋਕਾਂਗੇ ਇੱਕ ਤਾਂ ਗਰਮੀ ਬਹੁਤ ਜ਼ਿਆਦਾ ਇੱਕ ਬੱਚੇ ਵੀ ਘਰੇ ਆ ਇਸ ਕਰਕੇ ਬਸ ਮੰਮੀ ਨੂੰ ਜਿਹੜਾ ਛੱਡ ਕੇ ਅਸੀਂ ਵਾਪਸੀ ਕਰਾਂਗੇ ਤੇ ਅਸੀਂ ਇਹ ਆ ਗਏ ਹਾਂ ਜੀ ਚੰਨੂ ਆਣਾ ਚੰਨੂਆਣੇ ਦਾ ਇਹ ਪੌਲਾ ਜਿੱਥੇ ਕੇ ਘਰਾਟਾਂ ਦਾ ਆਟਾ ਕਹਿੰਦੇ ਹੁੰਦੇ ਸੀ ਠੰਡੀਆਂ ਚੱਕੀਆਂ ਪੁਰਾਣੇ ਟਾਈਮ ਪੁਰਾਣੇ ਸਮੇਂ ਇਧਰ ਲਈ ਸਾਈਡ ਆ ਜੀ ਇਧਰ ਤੁਹਾਨੂੰ ਦਿਖਾ ਰਹੇ ਆ ਪਰ ਦਿਸਣਾ ਨਹੀਂ ਵੈਸੇ ਦਰਾਖਤ ਕਾਫੀ ਜ਼ਿਆਦਾ ਹੈ ਇਹ ਉਹ ਉਹ ਜਗਾ ਹੈ ਜਿੱਥੇ ਇੱਥੇ ਘਰਾਟ ਹੁੰਦੇ ਸੀ ਤੇ ਜਿੱਥੇ ਕੇ ਠੰਡੀਆਂ ਚੱਕੀਆਂ ਕਹਿੰਦੇ ਹੁੰਦੇ ਸੀਗੇ ਆਟਾ ਪੀਂਦੇ ਹੁੰਦੇ ਸੀ ਇੱਥੇ ਬਿਨਾ ਬਿਜਲੀ ਤੋਂ ਪਾਣੀ ਤੇ ਚੱਲਦੀਆਂ ਹੁੰਦੀਆਂ ਸੀ ਲਓ ਜੀ ਹੁਣੇ ਆਪਾਂ ਜਿਹੜਾ ਸਮਾਦ ਪਿੰਡ ਪਹੁੰਚ ਚੁੱਕੇ ਆ ਗਲੀਆਂ ਦੇ ਵਿੱਚ ਤੇ ਹੁਣ ਇਹ ਆਪਣਾ ਆ ਗਿਆ ਘਰ ਨਾਨਕੇ ਪਿੰਡ ਦਾ ਤੇ ਹੁਣ ਆਪਾਂ ਤੁਹਾਨੂੰ ਇਸ ਪਰਿਵਾਰ ਦੇ ਨਾਲ ਮਿਲਵਾਵਾਂਗੇ ਤੇ ਘਰੇ ਆ ਗਏ ਅੱਜ ਗਰਮੀ ਵੀ ਬਹੁਤ ਜ਼ਿਆਦਾ ਸੀ ਤੇ ਮੈਨੂੰ ਤਾਂ ਗੱਡੀ ਦੇ ਵਿੱਚ ਬਹੁਤ ਜ਼ਿਆਦਾ ਘਬਰਾ ਪੈ ਰਿਹਾ ਸੀ ਮੈਂ ਤਾਂ ਸਫ਼ਰ ਆ ਜਿਹੜਾ ਬਹੁਤ ਔਖਾ ਹੀ ਕੀਤਾ 1.5-2 ਘੰਟੇ ਦਾ ਜਿਹੜਾ ਇਹ ਸਫ਼ਰ ਬਣ ਜਾਂਦਾ ਕਾਫੀ ਵਾਟ ਬਣ ਜਾਂਦੀ ਆ ਮਾਛੀ ਬੁੰਗਦੇ ਤੋਂ ਸਮਾਦ ਭਾਈ ਬਾਗੇ ਪੁਰਾਣਾ ਦੇ ਵਿੱਚ ਦੀ ਆਏ ਆ ਅਸੀਂ ਲਓ ਜੀ ਅਸੀਂ ਘਰੇ ਪਹੁੰਚ ਚੁੱਕੇ ਆ ਤੇ ਇਹ ਸਰਦਾਰ ਜੀ ਮਿਲ ਰਹੇ ਆਪਣੇ ਭਰਾ ਦੇ ਨਾਲ ਮਾਮਾਈ ਦਾ ਬੇਟਾ ਏ ਇਹਨਾਂ ਦੇ ਪੈਰ ਤੇ ਸੱਟ ਲੱਗੀ ਹੋਈ ਆ ਉਹ ਪੁੱਛਦੇ ਆ ਕੀ ਹੋਇਆ ਤੁਹਾਡੇ ਪੈਰ ਨੂੰ ਤੇ ਉਦੋਂ ਮਾਮਾਈ ਬੈਠੇ ਨੇ ਇਹ ਸਾਰੇ ਮਿਲ ਲਿਆ ਤੇ ਮੈਂ ਮਾਮੇ ਨੂੰ ਬਾਅਦ ਵਿੱਚ ਮਿਲਿਆ ਗਰਮੀ ਬਹੁਤ ਜ਼ਿਆਦਾ ਏ ਭਰਾ ਬਹੁਤ ਜ਼ਿਆਦਾ ਪਹਿਰਿਆ ਮੈਨੂੰ ਗੱਡੀ ਦੇ ਵਿੱਚ ਜਿਹੜਾ ਸਫ਼ਰ ਕਰਨਾ ਮੈਨੂੰ ਬਹੁਤ ਹੀ ਔਖਾ ਲੱਗਦਾ ਕਬਰ ਆ ਪੈਣ ਲੱਗ ਜਾਂਦਾ ਉਲਟੀ ਵਾਲਾ ਦਿਲ ਹੋ ਜਾਂਦਾ ਇਸ ਕਰਕੇ ਮੈਨੂੰ ਜ਼ਿਆਦਾ ਵਧੀਆ ਤਾਂ ਮੋਟਰਸਾਈਕਲ ਤੇ ਸਫ਼ਰ ਕਰਨਾ ਵਧੀਆ ਲੱਗਦਾ ਪਰ ਵਾਟ ਜ਼ਿਆਦਾ ਲੰਬੀ ਹੋਣ ਕਰਕੇ ਜਿਹੜਾ ਮੋਟਰਸਾਈਕਲ ਤੇ ਸਫ਼ਰ ਨਹੀਂ ਸੀ ਹੋ ਰਿਹਾ ਤੇ ਹੁਣੇ ਆਪਾਂ ਅਨਸਾਰ ਪਹਿਲਾਂ ਪਾਣੀ ਗਲਾਸ ਦੇਖੋ ਜੀ ਇੱਧਰ ਕਿੰਨੇ ਵਧੀਆ ਨੇ ਹਾਂਜੀ ਇਹ ਸਾਡੇ ਮਾਮਾ ਜੀ ਨੇ ਇਨਾਂ ਦੀ ਕੁਝ ਤਬੀਅਤ ਆ ਠੀਕ ਨਹੀਂ ਸੀਗੀ ਤੇ ਜਦੋਂ ਲੋਕਡਾਊਨ ਸ਼ੁਰੂ ਹੋਏ ਸੀਗਾ ਤੇ ਇਹਨਾਂ ਨੂੰ ਬਾਥਰੂਮ ਦੀ ਪ੍ਰੋਬਲਮ ਸੀਗੀ ਤੇ ਇਹਨਾਂ ਦਾ ਆਪਰੇਸ਼ਨ ਹੋਇਆ ਸੀਗਾ ਵੈਸੇ ਤਾਂ ਫੋਨ ਤੇ ਮੰਮੀ ਪਤਾ ਲੈਂਦੇ ਰਹਿੰਦੇ ਸੀਗੇ ਤੇ ਇਹਨਾਂ ਦਾ ਜਿਹੜਾ ਵੀ ਅਸੀਂ ਪਤਾ ਲੈਣ ਨਹੀਂ ਸੀ ਆਇਆ ਗਿਆ ਇਹਨਾਂ ਤੋਂ ਕਾਫੀ ਦਿਨ ਤੋਂ ਮੰਮੀ ਕਹਿ ਰਹੀ ਸੀ ਕਿ ਮੈਂ ਜਾਣਾ ਹੈ ਜਾਣਾ ਤੇ ਅਸੀਂ ਸੋਚਿਆ ਸੀਗਾ ਵੀ ਚਲੋ ਨਾਲੇ ਅਸੀਂ ਮਿਲ ਆਵਾਂਗੇ ਤੇ ਨਾਲੇ ਜਿਹੜਾ ਅਸੀਂ ਮੰਮੀ ਨੂੰ ਛੱਡ ਆਵਾਂਗੇ ਤੇ ਮੰਮੀ ਥੋੜੇ ਡੌਨ ਲੱਗਦੇ ਵੀਕਨੈਸ ਜੀ ਆਈ ਪਈ ਆ ਇਹਨਾਂ ਨੂੰ ਉਹਦੇ ਨਾਲ ਹਲੇ ਜਿਹੜੀ ਇਨਫੈਕਸ਼ਨ ਜੀ ਥੋੜੀ ਜੀ ਹੈਗੀ ਆ ਵੈਸੇ ਤਾਂ ਪ੍ਰਮਾਤਮਾ ਦੀ ਕਿਰਪਾ ਨਾਲ ਠੀਕ ਨੇ ਤੇ ਫਿਰ ਵੀ ਅਕਸਰ ਕੋਈ ਵੀ ਤਕਲੀਫ ਹੁੰਦੀ ਆ ਟਾਈਮ ਤਾਂ ਲੱਗ ਹੀ ਜਾਂਦਾ ਹੈ ਸੈੱਟ ਹੋਣ ਤੇ ਤੇ ਇਧਰ ਮੈਂ ਵੀਰ ਜੇ ਨੂੰ ਜਿਹੜਾ ਇਹ ਡੱਬਾ ਲਿਆਏ ਸੀ ਆਪਾਂ ਕਹਿੰਦੇ ਸੀਗੇ ਮੂੰਹ ਮਿੱਠਾ ਕਰਵਾਓ ਫਿਰ ਆਪਾਂ ਜਿੰਨਾਂ ਦਾ ਵੀ ਜਿਹੜਾ ਆਪਾਂ ਮੂੰਹ ਮਿੱਠਾ ਕਰਵਾਇਆ ਤੇ ਇਧਰੇ ਮਾਮਾ ਜੀ ਵਾਸਤੇ ਫਰੂਟ ਲਿਆਏ ਸੀ ਫਿਰ ਕਹਿੰਦੇ ਸੀ ਉਹਨਾਂ ਨੇ ਮਿੱਠਾ ਕੁਝ ਖਾਣਾ ਨਹੀਂ ਤੇ ਮੰਮੀ ਬੈਠੇ ਆਪਣੇ ਵੀਰ ਕੋਲ ਉਹਨਾਂ ਦੇ ਲੱਤਾਂ ਨੱਪੀ ਜਾਂਦੇ ਆ ਇਹਨਾਂ ਤੋਂ ਵੱਡੇ ਆ ਇਹਨਾਂ ਦੇ ਵੀਰੇ ਇਹ ਮਾਮਾ ਜੀ ਤੇ ਹੁਣ ਕੁਝ ਗੱਲਾਂ ਬਾਤਾਂ ਚੱਲ ਰਹੀਆਂ ਤੇ ਹਾਂਜੀ ਇਹ ਆ ਭੈਣ ਜੀ ਜਠਾਣੀ ਮੇਰੇ ਇਹ ਮੈਨੂੰ ਹੁਣ ਬਾਅਦ ਵਿੱਚ ਮਿਲਿਆ ਤੇ ਕਾਫੀ ਟਾਈਮ ਤੋਂ ਆਏ ਕਰਕੇ ਇਹਨਾਂ ਨੂੰ ਥੋੜਾ ਵਧੀਆ ਫੀਲ ਕਰੀ ਜਾਂਦੇ ਆ ਕਿ ਅਸੀਂ ਕਾਫੀ ਦੇਰ ਤੋਂ ਆਏ ਸੀਗੇ ਮੈਨੂੰ ਤਾਂ ਕੁਝ ਜ਼ਿਆਦਾ ਹੀ ਸਾਲ ਹੋ ਗਏ ਸੀਗੇ ਤੇ ਮਮਾ ਇਦਾਂ ਜਿਹੜਾ ਪੋਤਾ ਹੈ ਤੇ ਉਹ ਮੈਨੂੰ ਬਹੁਤ ਜ਼ਿਆਦਾ ਕਹਿ ਰਿਹਾ ਸੀ ਚਾਚੀ ਆਓ ਤੁਸੀਂ ਸਾਡੇ ਕੋਲ ਆਉਂਦੇ ਨਹੀਂ ਪਰ ਘਰਾਂ ਦੇ ਵਿੱਚੋਂ ਨਿਕਲਣਾ ਹੀ ਬਹੁਤ ਮੁਸ਼ਕਲ ਆ ਤੇ ਬਸ ਉਸ ਨੂੰ ਜਿਹੜਾ ਮੈਂ ਕਹਿ ਦਿੰਦੀ ਸੀ ਹਾਂ ਅਸੀਂ ਆਵਾਂਗੇ ਆਵਾਂਗੇ ਪਰ ਤੁਹਾਨੂੰ ਪਤਾ ਹੀ ਸਾਰਿਆਂ ਨੂੰ ਘਰਾਂ ਦੇ ਵਿੱਚੋਂ ਕਿੰਨਾ ਔਖਾ ਹੈ ਮੁਸ਼ਕਲ ਆ ਘਰਾਂ ਦੇ ਵਿੱਚੋਂ ਨਿਕਲਣਾ ਕੰਮਕਾਰੀ ਇਦਾਂ ਦੇ ਹੋਏ ਪਏ ਆ ਤੇ ਪਰ ਜਦੋਂ ਵੀ ਕੋਈ ਅੰਜਲ ਹੁੰਦਾ ਵੈਸੇ ਤਾਂ ਉਦੋਂ ਹੀ ਕੋਈ ਰੈਸਲਾਹ ਤਾਂ ਬੰਦ ਹੀ ਆ ਫਿਰ ਹੁਣ ਵੀ ਥੋੜਾ ਚਲੋ ਆਵਾਜ਼ ਆਈ ਦੀ ਜਿਹੜੀ ਖੋਲਜੀ ਹੋ ਗਈ ਆ ਤੇ ਗੱਲਾਂ ਬਾਤਾਂ ਹੋ ਰਹੀਆਂ ਚੱਲ ਰਹੀਆਂ ਤੇ ਪਰ ਅਸੀਂ ਇੱਥੇ ਜ਼ਿਆਦਾ ਟਾਈਮ ਨਹੀਂ ਰੁਕਣਾ ਤੇ ਅਸੀਂ ਫੇਰ ਵੀ ਸਾਨੂੰ ਜਿਹੜਾ ਇੱਥੇ ਟਾਈਮ ਆ ਘੰਟਾ ਡੇਢ ਘੰਟੇ ਦਾ ਜਿਹੜਾ ਲੱਗ ਹੀ ਜਾਣਾ ਹਾਂਜੀ ਪਹਿਲਾਂ ਪਾਣੀ ਪੀ ਲਿਆ ਉਸ ਤੋਂ ਬਾਅਦ ਕੋਲਡ ਡਰਿੰਕ ਪੀ ਲਿਆ ਤੇ ਮੇਰਾ ਤਾਂ ਟਰੈਡ ਹੋ ਗਿਆ ਫੁੱਲ ਤੇ ਮੇਰਾ ਚਾਹ ਨੂੰ ਬਿਲਕੁਲ ਵੀ ਜਿਹੜਾ ਦਿਲ ਨਹੀਂ ਕਰ ਰਿਹਾ ਪਰ ਫੇਰ ਵੀ ਇਹਨਾਂ ਨੇ ਚਾਹ ਤੇ ਥੋੜਾ ਟਾਈਮ ਪਾ ਲਿਆ ਸੀਗਾ ਵੀ ਚਾਹ ਨੂੰ ਦਿਲ ਨਹੀਂ ਸੀ ਕਰਦਾ ਇੱਕ ਗਰਮੀ ਬਹੁਤ ਜ਼ਿਆਦਾ ਤੇ ਹੁਣ ਜਿਹੜਾ ਸਾਰੇ ਜਣੇ ਚਾਹ ਬਸ ਚਾਹ ਪੀਣ ਤੋਂ ਬਾਅਦ ਅਸੀਂ ਵਾਪਸੀ ਕਰਾਂਗੇ ਕਿਉਂਕਿ ਇੱਕ ਤਾਂ ਮੈਨੂੰ ਗਰਮੀ ਬਹੁਤ ਜ਼ਿਆਦਾ ਆਈ ਜਾਂਦੀ ਆ ਵੈਸੇ ਕੂਲਰ ਲੱਗਿਆ ਆ ਪਰ ਫੇਰ ਵੀ ਗਰਮੀ ਬਹੁਤ ਜ਼ਿਆਦਾ ਲੱਗੀ ਜਾਂਦੀ ਆ ਅੱਜ ਪਸੀਨਾ ਹੀ ਇੰਨਾ ਕਿ ਜ਼ਿਆਦਾ ਆ ਰਿਹਾ ਤੇ ਇਹ ਜੀ ਮਾਮਾਈ ਦਾ ਪੋਤਾ ਜਿਹੜਾ ਕੋਲ ਬੈਠਾ ਤੇ ਇਸ ਨੂੰ ਅਸੀਂ ਪਹਿਲਾਂ ਕੈਮਰਾ ਫੜਾਇਆ ਸੀਗਾ ਕਿ ਅਸੀਂ ਤੂੰ ਵੀਡੀਓ ਬਣਾ ਸਾਡੀ ਤੇ ਪਰ ਉਹਨੂੰ ਹਜੇ ਪੂਰੀ ਤਰ੍ਹਾਂ ਉਹ ਕੈਮਰੇ ਦਾ ਕੰਮ ਆ ਜਿਹੜਾ ਨਹੀਂ ਕਰਨਾ ਆਉਂਦਾ ਕਦੇ ਛੋਟੀਆਂ-ਛੋਟੀਆਂ ਉਹ ਕਰ ਗਿਆ ਸੀ ਗਲਤੀਆਂ ਪਰ ਅਸੀਂ ਜਿਹੜਾ ਉਸ ਵੀਡੀਓ ਨੂੰ ਥੋੜਾ ਸੈਟਿੰਗ ਕਰ ਲਈ ਸੀਗੇ ਤੇ ਫਿਰ ਵੀ ਜਿੰਨੇ ਕੁ ਤੋਂ ਹੋਇਆ ਉਹਨੇ ਉਹਨਾਂ ਕ ਸਾਡੇ ਨਾਲ ਜਿਹੜੀ ਹੈਲਪ ਕਰਵਾਤੀ ਸੀਗੀ ਇਸ ਕਰਕੇ ਵੀ ਅਸੀਂ ਜਿਹੜੇ ਸਾਰੇ ਆ ਜੀ ਲੋ ਜੀ ਇੱਧਰ ਨਾਨਾ ਜੀ ਨੇ ਇਹ ਸ਼ੇਰ ਬਣਾਇਆ ਹੋਇਆ ਆਪ ਦੇ ਹੱਥੀ ਜਿਹੜਾ ਇਹ ਸ਼ੇਰ ਬਣਾਇਆ ਤੇ ਥੱਲੇ ਜਿਹੜਾ ਬਣਾਇਆ ਇਹ ਟੀਵੀ ਬਣਾਇਆ ਜਿਵੇਂ ਪੁਰਾਣੇ ਸਮਿਆਂ ਦੇ ਵਿੱਚ ਸ਼ਟਰ ਵਾਲਾ ਟੀਵੀ ਹੁੰਦਾ ਸੀ ਨਾ ਉਹ ਬਣਾ ਕੇ ਤੇ ਉਹਦੇ ਉੱਪਰ ਜਿਹੜਾ ਇਹ ਸ਼ੇਰ ਦੀ ਫੋਟੋ ਬਣਾ ਕੇ ਰੱਖੀ ਹੋਈ ਆ ਲਓ ਜੀ ਇਹ ਇਹਨਾਂ ਦਾ ਦੂਸਰਾ ਘਰ ਆ ਇੱਧਰ ਇਹਨਾਂ ਦੀ ਲੱਗੀ ਹੋਈ ਆ ਚੱਕੀ ਤੇ ਆਰਾ ਤੇ ਇਹ ਤੁਹਾਨੂੰ ਅਸੀਂ ਦਿਖਾ ਰਹੇ ਆ ਅਸੀਂ ਆ ਜੀ ਸਟਾਫ ਮੈਂਬਰ ਦੋਨੋਂ ਘਰ ਇਹਨਾਂ ਦੇ ਵੀ ਚੱਕੀ ਲੱਗੀ ਹੋਈ ਆ ਤੇ ਸਾਡੇ ਵੀ ਚੱਕੀ ਲੱਗੀ ਹੋਈ ਆ ਤੁਸੀਂ ਦੇਖੀ ਹੋਈ ਆ ਤੇ ਜਿਹੜਾ ਇਹਨਾਂ ਨੇ ਬਲੋਰ ਅਸੀਂ ਵੀ ਲਾਇਆ ਪਰ ਇਹਨਾਂ ਨੇ ਨਾਲ ਛਾਣਨਾ ਤੇ ਪੀਣ ਬਣਾਉਣ ਵਾਲਾ ਛਾਣਨਾ ਤੇ ਆਟਾ ਛਾਣਨ ਵਾਲਾ ਛਾਣਨਾ ਵੀ ਲਾਇਆ ਵੀ ਆਟਾ ਵੀ ਛਾਣ ਲੈਂਦੇ ਫਿਰ ਘਰਾਂ ਦੇ ਵਿੱਚ ਬੁੜੀਆਂ ਨੂੰ ਜਿਹੜਾ ਛਾਣਣਾ ਨਹੀਂ ਪੈਂਦਾ ਸੂੜੇ ਦੀ ਪ੍ਰੋਬਲਮ ਨਹੀਂ ਆਉਂਦੀ ਇਹਨਾਂ ਨੇ ਯਾਨੀ ਕਿ ਜਾਦਾ ਸਿਸਟਮ ਵੱਡਾ ਕੀਤਾ ਹੋਇਆ ਤੇ ਇਹ ਆ ਰਾਇ ਆਰੇ ਦਾ ਜਿਹੜਾ ਕੰਮ ਚੱਲਦਾ ਉਹ ਸਰਦੀਆਂ ਦੇ ਵਿੱਚ ਜ਼ਿਆਦਾ ਚੱਲਦਾ ਤੇ ਗਰਮੀਆਂ ਦੇ ਵਿੱਚ ਜਿਹੜਾ ਘੱਟ ਚੱਲਦਾ ਤੇ ਇਹਨਾਂ ਦਾ ਇਹ ਜਿਹੜਾ ਪੁਰਾਣਾ ਘਰ ਆ ਜਿੱਧਰ ਇਹ ਪਹਿਲਾਂ ਵਸੋਂ ਮੰਮੀ ਹੋਣੀ ਛੋਟੇ ਹੁੰਦੇ ਸੀਗੇ ਉਦੋਂ ਵਸੋਂ ਇੱਧਰ ਹੁੰਦੀ ਸੀ ਇਹਨਾਂ ਦੀ ਉਸ ਤੋਂ ਬਾਅਦ ਇਹਨਾਂ ਨੇ ਦੂਸਰਾ ਘਰ ਜਿੱਧਰ ਹੁਣ ਬੈਠੇ ਸੀਗੇ ਇਹ ਆਪਾਂ ਉੱਧਰ ਹੀ ਆ ਗਏ ਜਿੱਥੇ ਆਪਾਂ ਬੈਠ ਕੇ ਚਾਹ ਪਾਣੀ ਪੀਤਾ ਬੈਠੇ ਸੀ ਇਹਨਾਂ ਦੇ ਗਾਇਆਂ ਰੱਖਿਆ ਹੋਈਆਂ ਉੱਪਰ ਫਾਰੇ ਲਾਏ ਹੋਏ ਆ ਪੱਖੇ ਲਾਏ ਹੋਏ ਆ ਇਹ ਗਾਇਆਂ ਹੀ ਰੱਖਦੇ ਆ ਮੱਝਾਂ ਨਹੀਂ ਰੱਖਦੇ ਆ ਇੰਦਰ ਇਹਨਾਂ ਦਾ ਸਬਜ਼ੀਆਂ ਭਾਜੀਆਂ ਲੱਗੀਆਂ ਹੋਈਆਂ ਮਿਰਚਾਂ ਬਹੁਤ ਜ਼ਿਆਦਾ ਮੈਂ ਵੀ ਲੈ ਕੇ ਆਈ ਸੀ ਮਿਰਚਾਂ ਤਾਂ ਤੇ ਗਵਾਰਾ ਕੱਦੂ ਤੋਰੀਆਂ ਸਾਰੀ ਸਬਜੀ ਸਬਜੇ ਟਮਾਟਰ ਵਗੈਰਾ ਬਹੁਤ ਲੱਗੇ ਸੀਗੇ ਤੇ ਸਾਰੇ ਹੀ ਸਬਜੀ ਜਿਹੜੀ ਘਰੇ ਕਾਫੀ ਖੁੱਲੀ ਜਗ੍ਹਾ ਤੇ ਘਰੇ ਜਿਹੜਾ ਇਹ ਲਾ ਲੈਂਦੇ ਆ ਸਮਾਨ ਤੇ ਹੁਣ ਆਪਾਂ ਕਰਾਂਗੇ ਜੀ ਵਾਪਸੀ ਲੋ ਜੀ ਆਪਾਂ ਇੰਨਾ ਕੀ ਟਾਈਮ ਸੀਗਾ ਇੰਨਾਂ ਕੋਲ ਫੇਰ ਵੀ ਸਾਡਾ ਡੇਢ ਦੋ ਘੰਟੇ ਜਿਹੜਾ ਇੱਥੇ ਲੱਗ ਗਿਆ ਚਾਹ ਪਾਣੀ ਪੀਤਾ ਸੀ ਤੇ ਹੁਣ ਸਾਡੀ ਵਾਪਸੀ ਆ ਚੱਲਦੇ ਆ ਫੇਰ ਘਰੇ ਬੱਚੇ ਵੀ ਆ ਬਾਕੀ ਗਰਮੀ ਬਹੁਤ ਜ਼ਿਆਦਾ ਰੁਕਿਆ ਨਹੀਂ ਜਾ ਰਿਹਾ ਸਾਥੋਂ ਕਿਉਂਕਿ ਮੰਮੀ ਨੇ ਤਾਂ ਰਹਿਣਾ ਮੰਮੀ ਨੇ ਤਾਂ ਵਾਪਸ ਜਾਣਾ ਨਹੀਂ ਮੰਮੀ ਤਾਂ ਕਾਫੀ ਟਾਈਮ ਹਜੇ ਲਾਉਣਗੇ ਲੱਗਦਾ ਹੋ ਸਕਦਾ ਕਿ ਇਹ 10 ਤੋਂ 15 ਦਿਨ ਤੱਕ ਲਾ ਲੈਣ ਜਾਂ ਹੋ ਸਕਦਾ ਉਹਦੋਂ ਪਹਿਲਾਂ ਫੋਨ ਆ ਜਾਵੇ ਵੀ ਇਹਨਾਂ ਨੂੰ ਵੀ ਫਿਰ ਅਸੀਂ ਲੈ ਆਵਾਂਗੇ ਜਾਂ ਛੱਡਿਆਉਣਗੇ ਉਹ ਦੇਖਾਂਗੇ ਬਾਅਦ ਵਿੱਚ ਜਿਸ ਤਰ੍ਹਾਂ ਵੀ ਇਹਨਾਂ ਦਾ ਮਾਨ ਹੋਊਗਾ ਵੀ ਇੱਧਰ ਮੈਨੂੰ ਮਾਮਾਈ ਨੇ ਜਿਹੜਾ ਪੈਸੇ ਦਿੱਤੇ ਤੇ ਮਾਮਾ ਹੀ ਨੇ ਦਿੱਤੇ ਅਸੀਂ 500 ਰੁਪਏ ਆ ਮੈਂ ਆਖਿਆ ਮੈਂ ਨਹੀਂ ਲੈਣਾ ਵੀ ਜਿਆਦਾ ਵੱਡਾ ਨੋਟ ਆ ਤੇ ਉਹਨਾਂ ਨੇ ਮਰੋੜ ਤਰੋੜ ਕੇ ਨਿਕਾਜਾ ਬਣਾ ਕੇ ਮੈਨੂੰ ਦੇਤਾ ਮੈਂ ਆਖਿਆ ਵਿੱਚ ਨੋਟ ਤਾਂ ਵੱਡਾ ਹੀ ਆ ਭਾਵੇਂ ਇਹਨੂੰ ਕਿੰਨਾ ਵੀ ਤੁਸੀਂ ਛੋਟਾ ਕਰ ਲੋ ਇਸ ਤਰ੍ਹਾਂ ਅਸੀਂ ਹੱਸੀ ਜਾ ਰਹੇ ਸੀਗੇ ਇਹਨਾਂ ਨਾਲ ਤੇ ਗੱਲਾਂ ਤਾਂ ਮੁੱਕਦੀਆਂ ਹੀ ਨਹੀਂ ਜੀ ਭਾਵੇਂ ਤੁਰਦੇ ਤੁਰਦੇ ਵੀ ਅਸੀਂ ਕਾਫੀ ਦੇਰ ਜਿਹੜੇ ਅਸੀਂ ਖੜੇ ਰਹੇ ਬਸ ਗੱਲਾਂ ਚੱਲੀ ਜਾਂਦੀਆਂ ਗੱਲਾਂ ਮੁੱਕਦੀਆਂ ਨਹੀਂ ਇੱਧਰ ਮੈਨੂੰ ਭੈਣ ਜੀ ਨੇ ਵੀ ਸਗੰਦੇ ਤਾਂ ਤੇ ਮੈਂ ਮਨਾ ਕਰ ਰਹੀ ਸੀ ਵੀ ਨਹੀਂ ਲੈਣਾ ਚਲੋ ਜੀ ਹੁਣ ਆਪਾਂ ਇਹਨਾਂ ਨੂੰ ਕਰਦੇ ਆ ਓਕੇ ਬਾਈ ਤੇ ਆਪਾਂ ਕਰਦੇ ਆ ਵਾਪਸੀ ਹੁਣ ਹਾਂਜੀ ਅੱਜ ਦੀ ਮੇਰੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਅੱਜ ਦਾ ਜਿਹੜਾ ਮੈਂ ਵਲੌਗ ਬਣਾ ਕੇ ਤੁਹਾਡੇ ਨਾਲ ਸ਼ੇਅਰ ਕੀਤਾ ਵੈਸੇ ਸਾਨੂੰ ਪੂਰੀ ਤਰ੍ਹਾਂ ਹਜੇ ਵਲੌਗ ਬਣਾਉਣਾ ਨਹੀਂ ਆਉਂਦਾ ਪਰ ਫਿਰ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਜੇ ਤੁਹਾਨੂੰ ਸਾਡੇ ਵਲੌਗ ਵਧੀਆ ਲੱਗਦੇ ਆ ਤੇ ਅਸੀਂ ਅੱਗੇ ਤੋਂ ਜਿਹੜਾ ਵੀ ਵਲੌਗ ਬਣਾਉਂਦੇ ਰਾਵਾਂਗੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਜੇਕਰ ਤੁਹਾਨੂੰ ਕਿਤੇ ਕੋਈ ਕਮੀ ਲੱਗ ਰਹੀ ਹੈ ਤੇ ਸਾਨੂੰ ਤੁਸੀਂ ਜਰੂਰ ਦੱਸਿਆ ਕਰੋ ਕਿਸੇ ਵੀ ਵੀਡੀਓ ਦੇ ਵਿੱਚ ਕੋਈ ਤੁਹਾਨੂੰ ਕੋਈ ਪ੍ਰੋਬਲਮ ਕੋਈ ਕਮੀ ਲੱਗਦੀ ਹੁੰਦੀ ਹੈ ਤਾਂ ਸਾਨੂੰ ਤੁਸੀਂ ਜਰੂਰ ਦੱਸਿਆ ਕਰੋ ਕਮੈਂਟਾਂ ਦੇ ਰਾਹੀਂ ਤੇ ਫਿਰ ਅਸੀਂ ਜਿਹੜੀਆਂ ਆਪਣੀਆਂ ਵੀਡੀਓ ਨੂੰ ਜਾਂ ਰੈਸਪੀਆਂ ਨੂੰ ਜਾਂ ਕਿਸ ਤਰ੍ਹਾਂ ਦੀ ਵੀ ਜਿਹੜੀ ਵੀਡੀਓ ਬਣਦੀ ਹੈ ਤੇ ਅਸੀਂ ਉਸ ਕੰਮਿਆਂ ਨੂੰ ਜਿਹੜਾ ਅਸੀਂ ਦੂਰ ਕਰਾਂਗੇ ਜੀ ਤੇ ਇਹ ਆ ਜੀ ਆਪਾਂ ਹਲੇ ਸ਼ੁਰੂ-ਸ਼ੁਰੂ ਦੇ ਵਿੱਚ ਕੋਈ ਵੀ ਆਪਾਂ ਨਵਾਂ ਕੰਮ ਸ਼ੁਰੂ ਕਰਦੇ ਹਾਂ ਤੇ ਉਹਦੇ ਵਿੱਚ ਆਪਾਂ ਪੂਰੀ ਤਰ੍ਹਾਂ ਟ੍ਰੈਂਡ ਨਹੀਂ ਹੁੰਦੇ ਥੋੜਾ ਟਾਈਮ ਲੱਗਦਾ ਵੀਡੀਓ ਨੂੰ ਬਣਾਉਣ ਵਾਸਤੇ ਤੇ ਹਾਂਜੀ ਫਿਰ ਦੱਸਿਆ ਜੋ ਅੱਜ ਦਾ ਬਲੌਗ ਤੁਹਾਨੂੰ ਕਿਵੇਂ ਲੱਗਿਆ ਚਲੋ ਠੀਕ ਆ ਜੀ ਅੱਜ ਦੀ ਵੀਡੀਓ ਆਪਣੀ ਇੰਨੀ ਸੀ ਜੀ ਅਗਲੀ ਵੀਡੀਓ ਦੇ ਵਿੱਚ ਆਪਾਂ ਫੇਰ ਮਿਲਾਂਗੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਓਕੇ ਬਾਏ ਬਾਏ ਵੀਡੀਓ ਦੇਖਣ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ